ਜੁਗ ਹੋ ਜੁਗ ਅਟਲ ਚਵਰ ਸ਼ਤਰ ਮਾਲਿਕ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਸ ਸਤਿਗੁਰਾਂ ਦੇ ਪਾਵਨ ਪਵਿੱਤਰ ਮੁਬਾਰਕ ਚਰਨ ਕਮਲਾਂ ਪਾਸ ਸੁਭਾਈ ਮਾਨ ਜੁੜ ਬੈਠੀ ਸਮੂਹ ਗੁਰੂ ਰੂਪ ਸਾਧ ਸੰਗਤ ਆਪ ਜੀ ਬੜੇ ਪਿਆਰ ਸਤਿਕਾਰ ਸਹਿਤ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਸਜ ਬੈਠੀ ਆਪ ਜੀ ਨੇ ਹੁਣੇ ਹੀ ਪਿਆਰ ਸਹਿਤ ਅੰਮ੍ਰਿਤ ਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ। ਕੀਰਤਨ ਦੀ ਸਮਾਪਤੀ ਤੋਂ ਬਾਅਦ ਅਸੀਂ ਇੱਕ ਪਾਵਨ ਸ਼ਬਦ ਨੂੰ ਪੜ੍ਹਿਆ ਜੀ। ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 374 ਉੱਪਰ ਦਰਜ ਹੈ ਅਤੇ ਅੱਜ ਸ਼ਬਦ ਵਿਚਾਰ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਇਸੇ ਹੀ ਪਾਵਨ ਸ਼ਬਦ ਦੀ ਅਸੀਂ ਵਿਚਾਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਰਾਗ ਆਸਾਂ ਦੇ ਅੰਦਰ ਸ਼ਹੀਦਾਂ ਦੀ ਸਰਤਾਜ ਬਾਣੀ ਕੇ ਬੋਹਿਤ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਬਚਨ ਹੈ ਜੀ। ਗੁਰਦੇਵ ਇਸ ਪਾਵਨ ਸ਼ਬਦ ਰਾਹੀਂ ਸਾਨੂੰ ਕੀ ਉਪਦੇਸ਼ ਕੀ ਸੰਦੇਸ਼ ਸਾਨੂੰ ਇਸ ਮਨੁੱਖਾ ਦੇਹੀ ਦੇ ਭਲੇ ਲਈ ਦੇ ਰਹੇ ਨੇ ਉਹ ਜਾਣਨ ਦੀ ਸਮਝਣ ਦੀ ਕੋਸ਼ਿਸ਼ ਕਰਾਂਗੇ ਸਤਿਗੁਰਾਂ ਦੇ ਇਹਨਾਂ ਬਚਨਾਂ ਦੇ ਵਿੱਚੋਂ। ਸੋ ਆਓ ਜਿਤਨੇ ਵੀ ਆਪ ਜੀ ਗੁਰਮੁਖ ਪਿਆਰੇ ਸਜੇ ਹੋ ਜੁੜ ਬੈਠੇ ਹੋ ਸਾਰੇ ਸਤਿਗੁਰਾਂ ਦੇ ਦਰ 'ਤੇ ਝੁਕਾਈਏ ਸੀਸ ਰਸਨਾ ਨੂੰ ਕਰੋ ਪਵਿੱਤਰ ਬੜੇ ਪਿਆਰ ਅਤੇ ਅਦਬ ਸਹਿਤ ਆਖੋ ਜੀ ਸਤਨਾਮ ਸ਼੍ਰੀ ਗੁਰੂ ਸਾਹਿਬ ਜੀਓ ਫਿਰ ਕਰੋ ਕਿਰਪਾ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਜੀਓ ਸਤਿਗੁਰੂ ਜੀ ਦਾ ਜੋ ਅੰਮ੍ਰਿਤ ਬਚਨ ਹੈ ਅੱਜ ਹੈ ਅਤੇ ਇਸ ਸ਼ਬਦ ਦੇ ਪੰਜ ਪਦੇ ਪਰ ਜਿਹੜੇ ਪੰਜ ਪਦੇ ਨੇ ਜਿੰਨੇ ਪਦੇ ਨੇ ਸਾਰੇ ਇੱਕ ਇੱਕ ਤੁਕਾਂ ਵਾਲੇ ਪਦੇ ਨੇ ਕਿਉਂਕਿ ਸਰਲੇਖ ਵਿੱਚ ਮਹਾਰਾਜ ਨੇ ਇਸ਼ਾਰਾ ਦੇ ਦਿੱਤਾ ਕਿ ਆਸਾ ਮਹੱਲਾ ਪੰਜਵਾਂ ਇੱਕ ਤੁਕੇ ਦੋ ਕਿ ਇੱਕ ਤੁਕਾਂ ਵਾਲੇ ਜਿਹੜੇ ਸ਼ਬਦ ਨੇ ਉਹ ਦੋ ਆਉਣਗੇ ਅਤੇ ਉੱਪਰ ਇਸ਼ਾਰਾ ਦਿੱਤਾ ਸੀ ਕੱਲ੍ਹ ਦੇ ਸ਼ਬਦ ਵਿੱਚ ਕਿ ਪੰਜ ਪਦਿਆਂ ਵਾਲੇ ਸ਼ਬਦ ਤਿੰਨ ਆਉਣਗੇ
ਅੱਜ ਪੰਜ ਪਦੀਆਂ ਵਿੱਚੋਂ ਦੂਸਰਾ ਸ਼ਬਦ ਅਸੀਂ ਵਿਚਾਰਨਾ, ਇੱਕ ਅਸੀਂ ਕੱਲ੍ਹ ਵਿਚਾਰ ਲਿਆ, ਇੱਕ ਅੱਜ ਵਿਚਾਰਾਂਗੇ ਅਤੇ ਇੱਕ ਜਿਹੜਾ ਅਸੀਂ ਕੱਲ੍ਹ ਵਿਚਾਰਨਾ ਉਹ ਵੀ ਪੰਜ ਪਦਿਆਂ ਵਾਲਾ ਸ਼ਬਦ ਹੀ ਹੈ। ਅਤੇ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ, ਆਓ ਜਿਹੜਾ ਇਹ ਅੰਮ੍ਰਿਤ ਬਚਨ ਸਤਿਗੁਰੂ ਜੀ ਕਿਰਪਾ ਕਰਦੇ ਆ ਵੀ ਆਸਾ ਮਹੱਲਾ ਪੰਜਵਾਂ ਇੱਕ ਤੁਕੇ ਦੋ, ਵੀ ਦੋ ਸ਼ਬਦ ਇੱਕ ਇੱਕ ਤੁਕਾਂ ਵਾਲੇ ਆ। ਮਹਾਰਾਜ ਆਰੰਭਤਾ ਕਰਦੇ ਆ, ਜੀਵਤ ਦਿਸੈ ਤਿਸ ਸਰ ਪਰ ਮਰਨਾ, ਮੁਵਾ ਹੋਵੇ ਤਿਸ ਨਿਹਚਲ ਰਹਿਣਾ। ਇੱਥੇ ਇੱਕ ਪਦਾ ਸਮਾਪਤ ਹੋ ਜਾਂਦਾ ਹੈ। ਮਹਾਰਾਜ ਨੇ ਜੀਵਤ ਅਤੇ ਮੋਏ ਦੀ ਗੱਲ ਕੀਤੀ, ਜੰਮਣਾ ਅਤੇ ਮਰਨਾ ਇਸ ਸੰਸਾਰ ਦੇ ਦੋ ਅਟਲ ਚੀਜ਼ਾਂ ਕਹਿ ਲਓ, ਜੋ ਜੰਮਦਾ ਉਹ ਮਰਦਾ ਵੀ ਹੈ, ਜੋ ਮਰਦਾ ਉਹ ਜੰਮਦਾ ਵੀ। ਇਹ ਵੀ ਨਹੀਂ ਹੈ ਵੀ ਜਿਹੜਾ ਮਰ ਗਿਆ ਅਤੇ ਉਹ ਦੁਬਾਰਾ ਉਹਦਾ ਜਨਮ ਨਹੀਂ ਹੋਣਾ। ਬਹੁਤਾਦ ਵਿੱਚ ਜੋ ਮਰਦਾ ਉਹ ਜੰਮਦਾ ਹੀ ਹੈ। ਬਹੁਤ ਘੱਟ ਨੇ, ਲੱਖਾਂ ਚੋਂ ਕਰੋੜਾਂ ਚੋਂ ਹੁੰਦੇ ਆ ਜੋ ਆਪਣਾ ਜਨਮ ਅਤੇ ਮਰਨ ਮਿਟਾ ਕੇ ਮੁਕਤ ਹੁੰਦੇ ਆ। ਨਹੀਂ ਤਾਂ ਹਰ ਬੰਦਾ, ਇਹ ਨਹੀਂ ਹੈ ਵੀ ਕਹਿ ਦਈਏ ਵੀ ਬੰਦੇ ਦੀ ਮੌਤ ਹੋ ਗਈ ਮੁਕਤ ਹੋ ਗਿਆ, ਨਹੀਂ। ਉਹ ਇਸ ਸਰੀਰ ਵਿੱਚੋਂ ਤਾਂ ਮੰਨ ਲਓ ਮੁਕਤ ਹੋ ਗਿਆ, ਪਰ ਅਗਲੇ ਸਰੀਰ ਵਿੱਚ ਫਿਰ ਕੈਦ ਹੋ ਗਿਆ, ਉਹ ਮੁਕਤ ਨਹੀਂ ਹੈ। ਉਹ ਮੁਕਤ ਕੇਵਲ ਉਹ ਹੈ ਜਿਹੜਾ ਨਾਮ ਜਪੇਗਾ, ਬੰਦਗੀ ਕਰੇਗਾ। ਉਹ ਜਦੋਂ ਮਰਦਾ ਹੈ ਸਰੀਰ ਕਰਕੇ ਅਤੇ ਸਾਧ ਸੰਗਤ, ਉਹਦਾ ਦੁਬਾਰਾ ਜਨਮ ਨਹੀਂ ਹੁੰਦਾ। ਹਾਂ, ਉਹਦੀ ਆਪਣੀ ਇੱਛਾ ਦੇ ਮੁਤਾਬਕ ਉਹ ਆ ਸਕਦਾ, ਪਰ ਕਰਮਾਂ ਕਰਕੇ ਨਹੀਂ। ਹੁਣ ਜਿਵੇਂ ਕਈ ਰੱਬੀ ਪੁਰਖ, ਅਵਤਾਰੀ ਪੁਰਖ ਸੰਸਾਰ 'ਤੇ ਆਉਂਦੇ ਆ, ਜੇ ਅਸੀਂ ਕਹਿ ਦਈਏ ਵੀ ਆਪਣੇ ਕਰਮਾਂ ਦੇ ਬੱਝੇ ਹੋਏ ਆਏ, ਨਹੀਂ, ਉਹ ਆਪਣੇ ਕਰਮਾਂ ਦੇ ਬੱਝੇ ਨਹੀਂ ਆਉਂਦੇ। ਉਹ ਸਾਡੇ ਵਰਗਿਆਂ ਦਾ ਭਲਾ ਕਰਨ ਵਾਸਤੇ ਰੱਬ ਫਕੀਰਾਂ ਨੂੰ ਭੇਜਦਾ ਹੈ, ਉਹ ਕਰਮਾਂ ਵਿੱਚ ਨਹੀਂ ਬੱਝੇ ਹੁੰਦੇ। ਉਹਨਾਂ ਨੂੰ ਜੰਮਣ ਮਰਨ ਦਾ ਕੋਈ ਸਿਸਟਮ ਨਹੀਂ ਉਹਨਾਂ ਦਾ, ਉਹ ਤਾਂ ਆਪਣੀ ਇੱਛਾ ਦੇ ਨਾਲ ਜਾਂ ਪਰਮਾਤਮਾ ਦੇ ਹੁਕਮ ਵਿੱਚ ਉਹਨਾਂ ਉਤਾਰੀ ਪੁਰਖਾਂ ਨੂੰ, ਰੱਬੀ ਫਕੀਰਾਂ ਨੂੰ ਦੁਨੀਆਂ 'ਤੇ ਭੇਜਿਆ ਜਾਂਦਾ, ਉਹ ਕਰਮਾਂ ਵਿੱਚ ਨਹੀਂ ਬੱਝੇ। ਬਾਕੀ ਹਰ ਬੰਦਾ ਆਪਣੇ ਕਰਮਾਂ ਵਿੱਚ ਬੱਝਾ ਹੁੰਦਾ, ਕਿਉਂਕਿ ਜੋ ਜੰਮਣ ਅਤੇ ਮਰਨ ਹੈ ਇਹ ਕਰਮਾਂ ਦੇ ਆਧਾਰਿਤ ਹੀ ਹੁੰਦਾ ਜੀ। ਸਤਿਗੁਰੂ ਜੀ ਇੱਥੇ ਕਹਿ ਰਿਹਾ, ਜੀਵਤ ਦਿਸੈ ਤਿਸ ਸਰ ਪਰ ਮਰਨਾ, ਜੋ ਮਨੁੱਖ ਤੁਹਾਨੂੰ ਜਿਉਂਦਾ ਦਿਸਦਾ, ਤੁਰਿਆ ਫਿਰਦਾ, ਪਰਿਵਾਰ ਵਿੱਚ ਰਹਿੰਦਾ, ਸਮਾਜ ਵਿੱਚ ਆਪਣਾ ਕਾਰ ਵਿਹਾਰ ਕਰਦਾ ਪਿਆ, ਜੋ ਤੁਹਾਨੂੰ ਲੱਗਦਾ ਵੀ ਬੰਦਾ ਤੇ ਜੀ ਰਿਹਾ, ਸਤਿਗੁਰੂ ਜੀ ਆਖਦੇ ਆ, ਪਰ ਜਿਹੜਾ ਤੁਹਾਨੂੰ ਜੀਵਤ ਦਿਸਦਾ ਤਿਸ ਸਰ ਪਰ ਮਰਨਾ, ਉਹਦੇ ਸਿਰ 'ਤੇ ਮੌਤ ਤੇ ਮੰਡਰਾ ਰਹੀ ਹੈ ਨਾ, ਉਹਦੇ ਸਿਰ 'ਤੇ ਮੌਤ ਮੰਡਰਾ ਰਹੀ ਹੈ। ਇਹ ਨਹੀਂ ਪਤਾ ਕਦੋਂ ਮੌਤ ਉਹਨੂੰ ਆਪਣਾ ਸ਼ਿਕਾਰ ਬਣਾ ਲਵੇ। ਜੀਵਤ ਦਿਸੈ ਤਿਸ ਸਰ ਪਰ ਮਰਨਾ,
ਤੇ ਮਹਾਰਾਜ ਆਖਦਿਆ ਸੰਸਾਰ ਵਿੱਚ ਜ਼ਿਆਦਾਤਰ ਬੰਦੇ ਜਿਹੜੇ ਸਾਨੂੰ ਜਿਉਂਦੇ ਦਿਸਦੇ ਆ। ਹਜ਼ੂਰ ਆਖਦਿਆ ਹਕੀਕਤ ਅੰਦਰ ਸਰੀਰਕ ਤੌਰ ਤੇ ਉਹ ਜਿਉਂਦੇ ਨੇ ਪਰ ਆਤਮਿਕ ਤੌਰ ਤੇ ਹਮੇਸ਼ਾ ਮਰੇ ਹੀ ਹੁੰਦੇ ਆ। ਆਤਮਿਕ ਤੌਰ ਤੇ ਉਹਨਾਂ ਦੀ ਮੌਤ ਹੀ ਹੁੰਦੀ ਹੈ। ਸਰੀਰਕ ਤੌਰ ਤੇ ਜੀ ਰਹੇ ਨੇ, ਸਾਨੂੰ ਤੁਰਦੇ ਫਿਰਦੇ ਬੋਲਦੇ ਹੱਸਦੇ ਰੋਂਦੇ ਪਦਾਰਥਾਂ ਨੂੰ ਭੋਗਦੇ ਨਜ਼ਰ ਆਉਣਗੇ। ਉਹਨਾਂ ਕੋਲ ਦੁਨੀਆ ਦੇ ਸਾਰੇ ਸੁੱਖ ਸਹੂਲਤਾਂ ਮੌਜੂਦ ਹੋਣਗੇ, ਅਸੀਂ ਕਹਾਂਗੇ ਲੈ ਵੀ ਬੰਦਾ ਜ਼ਿੰਦਗੀ ਸੋਹਣੀ ਜੀ ਰਿਹਾ। ਮਹਾਰਾਜ ਆਖਦੇ ਆ ਪਰ ਇਹ ਨਹੀਂ ਪਤਾ ਉਹ ਅੰਦਰੋਂ ਹੀ ਅੰਦਰੋਂ ਆਤਮਿਕ ਮੌਤੇ ਵੀ ਮਰਿਆ ਹੋਇਆ ਹੈ। ਆਤਮਿਕ ਮੌਤੇ ਭਾਵ ਜਿਹੜਾ ਬੰਦਾ ਸੰਸਾਰ ਵਿੱਚ ਰਹਿ ਕੇ ਮਾਇਆ ਵਿੱਚ ਖਚਿਤ ਹੋ ਗਿਆ, ਪਦਾਰਥਾਂ ਦੇ ਭੋਗਾਂ ਵਿੱਚ ਵਿਅਸਤ ਹੋ ਗਿਆ, ਵਾਹਿਗੁਰੂ ਦੇ ਨਾਮ ਨੂੰ ਭੁਲਾ ਬੈਠਾ, ਬੰਦਗੀ ਨੂੰ ਭੁਲਾ ਬੈਠਾ, ਮਹਾਰਾਜ ਆਖਦਿਆ ਸਮਝ ਲਓ ਆਤਮਿਕ ਮੌਤੇ ਮਰੀ ਜਾਂਦਾ ਹੈ। ਉਹਨੂੰ ਕਿਹਾ ਜੀਵਤ ਦਿਸੈ ਤਿਸ ਸਰ ਪਰ ਮਰਨਾ, ਦਿਸਦਾ ਤੇ ਸੰਸਾਰ ਨੂੰ ਤੂੰ ਜਿਉਂਦਾ। ਮਹਾਰਾਜ ਆਖਦਿਆ ਪਰ ਬੰਦਿਆ ਤੇਰੇ ਸਿਰ ਤੇ ਆਤਮਿਕ ਮੌਤ ਹਰ ਪਲ ਮੰਡਰਾ ਰਹੀ ਹੈ। ਤੇ ਮਹਾਰਾਜ ਆਖਦਿਆ ਇਹ ਇਨਸਾਨ ਜਿਉਂਦਾ ਵੀ ਮਰਿਆਂ ਦੇ ਬਰਾਬਰ ਹੈ ਜਿਹੜਾ ਸੰਸਾਰ ਦੇ ਪਦਾਰਥਾਂ ਨੂੰ ਭੋਗਦਾ, ਕਿਉਂਕਿ ਆਤਮਿਕ ਮੌਤੇ ਮਰਿਆ ਹੋਇਆ ਹੈ। ਦੂਜੇ ਪਾਸੇ ਆਖਦਿਆ ਸਾਡੀ ਜ਼ਿੰਦਗੀ ਪਤਾ ਜਿਉਂਦਾ ਕੌਣ ਹੈ? ਅਸਲੀ ਜ਼ਿੰਦਗੀ ਉਹ ਜਿਉਂਦਾ ਮੋਆ ਹੋਵੇ ਤੇ ਸਨੇਹਚਲ ਰਹਿਣਾ, ਮੂਆ ਹੋਵੇ ਤੇ ਸਨੇਹਚਲ ਰਹਿਣਾ। ਹੁਣ ਗੱਲ ਥੋੜ੍ਹੀ ਜਿਹੀ ਹੋਰ ਤਰ੍ਹਾਂ ਲੱਗੇਗੀ ਵੀ ਜਿਹੜਾ ਬੰਦਾ ਮਰ ਗਿਆ ਉਹ ਹਮੇਸ਼ਾ ਕਿਵੇਂ ਰਹਿ ਸਕਦਾ? ਮੂਆ ਹੋਵੇ ਤੇ ਸਨੇਹਚਲ ਰਹਿਣਾ, ਨਿਹਚਲ ਤੋਂ ਪਾਵੇ ਜਿਹਨੂੰ ਕੋਈ ਹਿਲਾ ਨਾ ਸਕੇ, ਜੋ ਨਿਹਚਲ ਹੈ, ਜੋ ਚਲਾਏਮਾਨ ਨਹੀਂ ਹੈ। ਬਾਕੀ ਸਾਰਾ ਸੰਸਾਰ ਚਲਾਏਮਾਨ ਹੈ, ਆਉਂਦਾ ਜਾਂਦਾ ਆਉਂਦਾ ਜਾਂਦਾ ਨਾ। ਸੂਰਜ ਵੀ ਚਲਾਏਮਾਨ ਹੈ, ਚੰਦਰਮਾ ਵੀ ਚਲਾਏਮਾਨ ਹੈ, ਹਰ ਇੱਕ ਚੀਜ਼ ਦਿਨ ਰਾਤ ਸਭ ਚਲਾਏਮਾਨ ਹੈ, ਤੁਰੀ ਜਾਂਦੇ ਆ। ਦਿਨ ਰਵ ਚਲੈ, ਨਿਸ ਸਸ ਚਲੈ, ਤਾਰਕਾ ਲੱਖ ਬਗੋਏ, ਸਭ ਚਲਾਏਮਾਨ। ਪਰ ਮਹਾਰਾਜ ਇੱਥੇ ਕਹਿੰਦੇ ਮੂਆ ਹੋਵੇ ਤੇ ਸਨੇਹ ਚਲ ਰਹਿਣਾ, ਜਿਹੜਾ ਮਰ ਜਾਂਦਾ ਉਹ ਨਿਹਚਲ ਹੈ, ਸਦੀਵੀ ਰਹੇਗਾ ਉਹ। ਇਹ ਕੀ ਹੈ? ਇਹਦਾ ਭਾਵ ਇੱਥੇ ਹੈ, ਪਹਿਲੀ ਪੰਕਤੀ ਵਿੱਚ ਸੀ ਜੀਵਤ ਦੀਸੈ ਤਿਸ ਸਰ ਪਰ ਮਰਨਾ, ਜਿਹੜਾ ਸਰੀਰਕ ਤੌਰ ਤੇ ਜਿਉਂਦਾ ਦਿਸਦਾ ਪਰ ਆਤਮਿਕ ਤੌਰ ਤੇ ਹਮੇਸ਼ਾ ਮਰਿਆ ਹੋਇਆ ਹੈ। ਇੱਥੇ ਅੱਗੇ ਗੱਲ ਜਿਹੜੀ ਮੂਆ ਹੋਵੇ, ਇੱਥੇ ਮੂਆ ਹੋਵੇ ਤੋਂ ਭਾਵੇ ਜਿਹੜਾ ਮਨੁੱਖ ਆਪਣੇ ਅੰਦਰ ਨੂੰ ਮਾਰ ਦੇਵੇ, ਜਿਹਨੇ ਆਪਣੇ ਆਪੇ ਨੂੰ ਮਾਰ ਦਿੱਤਾ, ਜਿਹਨੇ ਆਪਣੇ ਅੰਦਰੋਂ ਮੈਂ ਨੂੰ ਮਾਰ ਦਿੱਤਾ, ਮਹਾਰਾਜ ਆਖਦਿਆ ਤੇ ਸਨੇਹਚਲ ਰਹਿਣਾ ਭਾਈ ਉਹਦਾ ਜੰਮਣ ਤੇ ਮਰਨਾ ਨਹੀਂ ਹੁੰਦਾ। ਉਹ ਦੁਨੀਆ ਤੇ ਨਿਹਚਲ ਰਹਿੰਦਾ, ਉਹ ਕਦੀ ਵੀ ਸੰਯੋਗ ਵਿਯੋਗ ਦੇ ਗੇੜ ਚ ਨਹੀਂ ਪਏਗਾ। ਨਹੀਂ ਤੇ ਜਿਹੜਾ ਬੰਦਾ ਸੰਸਾਰ ਤੇ ਆਉਂਦਾ ਸੰਯੋਗ ਤੇ ਵਿਯੋਗ ਦੇ ਚੱਕਰ ਚੋਂ ਲੰਘਣਾ ਪੈਂਦਾ ਉਹਨੂੰ। ਪਰ ਮਹਾਰਾਜ ਆਖਦਿਆਂ ਮੂਆ ਹੋਵੇ ਤੇ ਸਰ ਨਿਹਚਲ ਰਹਿਣਾ, ਜੇ ਕਿਤੇ ਤੂੰ ਆਪਣੇ ਅੰਦਰੋਂ ਗੁਰੂ ਅੱਗੇ ਆਪਣੇ ਆਪ ਨੂੰ ਮਾਰ ਦੇਵੇਂ, ਅੰਦਰੋਂ ਮੈਂ ਨੂੰ ਖਤਮ ਕਰ ਦੇਵੇਂ, ਆਪਣਾ ਆਪਾ ਸਮਰਪਿਤ ਕਰ ਦੇਵੇਂ,
ਮਹਾਰਾਜ ਜਾਗਦਿਆ ਤੂੰ ਵੀ ਫਿਰ ਉਸ ਪਰਮਾਤਮਾ ਦਾ ਰੂਪ ਹੋ ਕੇ ਅਡੋਲ ਹੋ ਜਾਏਗਾ। ਜਿਵੇਂ ਰੱਬ ਅਵਿਨਾਸ਼ੀ ਹੈ, ਰੱਬ ਨਿਹਚਲ ਹੈ, ਰੱਬ ਚਲਾਏ ਮਾਂ ਨਹੀਂ ਹੈ, ਉਸੇ ਤਰ੍ਹਾਂ ਤੇਰੀ ਅਵਸਥਾ ਵੀ ਵੈਸੀ ਹੀ ਬਣ ਜਾਏਗੀ। ਜਿਵੇਂ ਮਹਾਰਾਜ ਇੱਕ ਬਚਨ ਕਰਦੇ ਆ, ਹਜ਼ੂਰ ਆਖਦੇ ਆ ਸ਼ਬਦ ਮਰਹੋ ਹੁਣ ਜੀਵ ਹੋ ਸਦ ਹੀ ਤਾਂ ਫਿਰ ਮਰਨ ਨਾ ਹੋਈ। ਜਿਨ੍ਹਾਂ ਨੇ ਸ਼ਬਦ ਨੂੰ ਕਮਾਉਂਦਿਆਂ ਹੋਇਆਂ ਆਪਣਾ ਆਪਾ ਖਤਮ ਕਰ ਦਿੱਤਾ, ਜਿਹਨੂੰ ਮਹਾਰਾਜ ਕਹਿੰਦੇ ਆ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡਿਆਸ, ਹੋ ਸਭਨਾ ਕੀ ਰੇਣੁਕਾ ਤੋਂ ਆਓ ਹਮਾਰੇ ਪਾਸ। ਮਹਾਰਾਜ ਨੇ ਉੱਥੇ ਇਹ ਨਹੀਂ ਆਖਿਆ ਵੀ ਪਹਿਲਾਂ ਆਪਣੇ ਆਪ ਨੂੰ ਮਾਰ ਕੇ ਆ, ਸਰੀਰਕ ਮੌਤ ਦੀ ਗੱਲ ਨਹੀਂ ਉੱਥੇ ਕੀਤੀ। ਉਹਨਾਂ ਨੇ ਆਪਣੇ ਅੰਦਰ ਨੂੰ ਮਾਰਨ ਦੀ ਗੱਲ ਕੀਤੀ ਵੀ ਮੇਰੇ ਕੋਲ ਆਉਣਾ ਤੇ ਅੰਦਰ ਮਾਰ ਕੇ ਆਪਣਾ, ਅੰਦਰੋਂ ਮੈਨੂੰ ਖਤਮ ਕਰਕੇ ਆ ਮੇਰੇ ਕੋਲ ਆਉਣਾ, ਕਿਉਂਕਿ ਅੰਦਰੋਂ ਮੈਨੂੰ ਖਤਮ ਕਰੇਗਾ ਤਾਂ ਹੀ ਤੇ ਲੋਕਾਂ ਦੇ ਚਰਨਾਂ ਦੀ ਧੂੜ ਬਣੇਗਾ। ਜੇ ਮੈਂ ਹੀ ਨਹੀਂ ਖਤਮ ਹੋਈ ਤੇ ਬੰਦਾ ਤੇ ਝੁਕਦਾ ਹੀ ਨਹੀਂ ਕਿਸੇ ਅੱਗੇ, ਉਹਦੀ ਈਗੋ ਨਹੀਂ ਝੁਗਣ ਦਿੰਦੀ ਉਸ ਬੰਦੇ। ਮਹਾਰਾਜ ਇੱਥੇ ਕਹਿ ਰਹੇ ਆ ਜੀਵਤ ਦੀਸੈ ਤਿਸ ਸਰ ਪਰ ਮਰਨਾ, ਮੂਆ ਹੋਵੇ ਤਿਸ ਨਿਹਚਲ ਰਹਿਣਾ। ਜਿਹੜਾ ਬੰਦਾ ਆਪਣੇ ਅੰਦਰ ਨੂੰ ਪਰਮਾਤਮਾ ਦੇ ਸ਼ਬਦ ਵਿੱਚ ਅਭੇਦ ਕਰਕੇ ਖਤਮ ਕਰ ਦਿੰਦਾ ਹੈ, ਮਹਾਰਾਜ ਆਖਦਿਆ ਭਾਈ ਉਹ ਨਿਹਚਲ ਰਹਿਣਾ ਹੈ, ਉਹਦਾ ਫਿਰ ਦੁਬਾਰਾ ਜੰਮਣ ਤੇ ਮਰਨ ਨਹੀਂ ਹੁੰਦਾ। ਸਾਧ ਸੰਗਤ ਜਿਹੜੀ ਰੂਹਾਨੀਅਤ ਹੈ, ਰੂਹਾਨੀਅਤ ਵਿੱਚ ਆਪਣਾ ਆਪਾ ਮਾਰਨਾ ਹੀ ਪਰਮਾਤਮਾ ਦੇ ਨੇੜੇ ਹੋਣ ਦੇ ਬਰਾਬਰ ਹੈ। ਇੱਥੇ ਮਹਾਰਾਜ ਨੇ ਬਾਰ ਬਾਰ ਬਾਣੀ ਵਿੱਚ ਅਨੇਕਾਂ ਐਸੇ ਬਚਨ ਆਏ ਆ ਜਿੱਥੇ ਮਹਾਰਾਜ ਅੰਦਰ ਨੂੰ ਮਾਰਨ ਦੀ ਗੱਲ ਕਰਦੇ ਆ, ਕਿਉਂਕਿ ਸਾਧ ਸੰਗਤ ਜਦੋਂ ਅਸੀਂ ਰੂਹਾਨੀਅਤ ਨੂੰ ਕਮਾਉਂਦੇ ਹਾਂ, ਚਾਹੇ ਤੁਸੀਂ ਨਾਮ ਜਪਦੇ ਹੋ, ਸਿਮਰਨ ਕਰਦੇ ਹੋ, ਬਾਣੀ ਪੜ੍ਹਦੇ ਹੋ, ਅਤੇ ਜੇ ਸਾਡਾ ਅੰਦਰ ਅਜੇ ਤੱਕ ਨਹੀਂ ਮਰਿਆ, ਅੰਦਰ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਈਰਖਾਬਾਜ਼ੀ ਹੈ, ਅੰਦਰ ਕੋਈ ਦਵੈਖ ਹੈ, ਅੰਦਰ ਮੈਂ ਹੈ, ਅੰਦਰ ਹਉਮੈ ਪਣਪਦੀ ਪਈ ਹੈ, ਇਹਦਾ ਮਤਲਬ ਅਸੀਂ ਅਜੇ ਓਨੇ ਪਰਪੱਕ ਨਹੀਂ ਹੋਏ, ਤਿਆਰ ਨਹੀਂ ਹੋਏ ਜਿਹੋ ਜੇ ਤਿਆਰ ਸਾਨੂੰ ਗੁਰੂ ਸਾਹਿਬ ਕਰਨਾ ਚਾਹੁੰਦਾ ਹੈ, ਉਵੇਂ ਤਿਆਰ ਨਹੀਂ ਹੋਏ। ਅਤੇ ਉਹ ਤਿਆਰ ਉਦੋਂ ਹੋਵਾਂਗੇ ਜਦੋਂ ਅੰਦਰੋਂ ਆਪਣੀ ਮੈਂ ਨੂੰ ਖਤਮ ਕਰਾਂਗੇ, ਆਪਣਾ ਆਪਾ ਖਤਮ ਕਰਾਂਗੇ। ਸਾਧ ਸੰਗਤ ਸੰਸਾਰ ਵਿੱਚ ਇੱਜ਼ਤ ਮਾਨ ਉਹਨਾਂ ਨੂੰ ਹੀ ਮਿਲਦੀ ਹੈ ਜਿਨ੍ਹਾਂ ਨੇ ਆਪਣੇ ਆਪੇ ਨੂੰ ਮਾਰ ਮੁਕਾਇਆ ਹੈ, ਜਿਨ੍ਹਾਂ ਨੇ ਅੰਦਰੋਂ ਮੈਂ ਨੂੰ ਖਤਮ ਕੀਤਾ। ਸਤਿਗੁਰੂ ਜੱਜ ਕਹਿ ਰਹੇ ਆ ਹੇ ਇਨਸਾਨ ਜੀਵਤ ਦੀਸੈ ਤੇ ਸਰ ਪਰ ਮਰਨਾ, ਮੋਆ ਹੋਵੇ ਤੇ ਸਨੇਹ ਚਲ ਰਹਿਣਾ। ਪਰ ਅੱਗੇ ਆਖਦੇ ਆ ਜੀਵਤ ਮੋਏ ਮੋਏ ਸੇ ਜੀਵੇ, ਜੀਵਤ ਮੋਏ ਮੋਏ ਸੇ ਜੀਵੇ, ਜਿਹੜੇ ਤੇ ਤੈਨੂੰ ਜਿਉਂਦੇ ਦਿਸਦੇ ਆ ਉਹ ਮੇਰੀਆਂ ਨਜ਼ਰਾਂ ਵਿੱਚ ਮਰੇ ਹੋਏ ਆ, ਤੇ ਜਿਹੜੇ ਤੈਨੂੰ ਮਰੇ ਹੋਏ ਨਜ਼ਰ ਆਉਂਦੇ ਆ ਮਹਾਰਾਜ ਆਖਦੇ ਆ ਮੇਰੀਆਂ ਨਜ਼ਰਾਂ ਵਿੱਚ ਅਸਲੀ ਜ਼ਿੰਦਗੀ ਉਹ ਜੀ ਰਹੇ ਆ। ਜੀਵਤ ਮੋਏ ਮੋਏ ਸੇ ਜੀਵੇ, ਹਰ ਹਰ ਨਾਮ ਅਵਖਦ ਮੁਖ ਪਾਇਆ, ਗੁਰ ਸ਼ਬਦੀ ਰਸ ਅੰਮ੍ਰਿਤ ਪੀਵੇ। ਮਹਾਰਾਜ ਆਖਦੇ ਆ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਔਖਦ
ਜੋ ਤੁਹਾਨੂੰ ਆਤਮਿਕ ਜ਼ਿੰਦਗੀ ਦੇਣ ਵਾਲਾ ਹੈ। ਇਹ ਉਹ ਔਖਦ ਹੈ ਜੋ ਤੁਹਾਡੇ ਅੰਦਰ ਨੂੰ ਆਤਮਿਕ ਜ਼ਿੰਦਗੀ ਦੇਵੇਗਾ। ਤੁਹਾਡੀ ਆਤਮਾ ਨੂੰ ਮਰਨ ਨਹੀਂ ਦਿੰਦਾ ਏ ਪਰਮਾਤਮਾ ਦਾ ਨਾਮ। ਬਾਕੀ ਵਿਕਾਰ ਤੇ ਤੁਹਾਡੇ ਅੰਦਰ ਨੂੰ ਮਾਰਦੇ ਪਏ ਹੋ ਤੇ ਜ਼ਹਿਰ ਦਾ ਕੰਮ ਕਰਦੇ ਆ ਨਾ। ਜ਼ਹਿਰ ਦਾ ਕੰਮ ਹੁੰਦਾ ਮਾਰਨਾ। ਜ਼ਹਿਰ ਸੰਸਾਰ ਦੇ ਜਿੰਨੇ ਵੀ ਵਿਕਾਰ ਨੇ ਬੰਦੇ ਦੇ ਅੰਤਰ ਆਤਮੇ ਨੂੰ ਮਾਰਦੇ ਆ, ਠੇਸ ਪਹੁੰਚਾਉਂਦੇ ਆ। ਪਰ ਉਸੇ ਥਾਂ ਤੇ ਪਰਮਾਤਮਾ ਦਾ ਜੋ ਅੰਮ੍ਰਿਤ ਨਾਮ ਹੈ ਉਹ ਇਹਦੀ ਆਤਮਾ ਨੂੰ ਤਾਕਤ ਦਿੰਦਾ ਹੈ। ਮਹਾਰਾਜ ਆਖਦੇ ਆ ਇਸ ਕਰਕੇ ਤੈਨੂੰ ਕਹਿ ਰਿਹਾ, ਹਰ ਹਰ ਨਾਮ ਅਵਖਦ ਮੁਖ ਪਾਇਆ। ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਦਾ ਔਖਦ ਆਪਣੇ ਮੁਖ ਵਿੱਚ ਪਾ ਲਿਆ, ਮਹਾਰਾਜ ਆਖਦਿਆ ਭਾਈ ਇਹ ਸਮਝ ਲਓ ਗੁਰਸ਼ਬਦੀ ਰਸ ਅੰਮ੍ਰਿਤ ਪੀਵੇ। ਉਹਨਾਂ ਨੇ ਅਸਲੀ ਪਰਮਾਤਮਾ ਦੇ ਨਾਮ ਦੇ ਰਸ ਨੂੰ ਪੀਣਾ ਕੀਤਾ, ਸ਼ਬਦ ਨੂੰ। ਹੁਣ ਜਿਨ੍ਹਾਂ ਨੇ ਨਾਮ ਦਾ ਸਵਾਦ ਚੱਖ ਲਿਆ, ਸ਼ਬਦ ਦੀ ਕਮਾਈ ਕੀਤੀ ਹੈ, ਮਹਾਰਾਜ ਆਖਦਿਆ ਇਹੀ ਤੇ ਉਹ ਨਾਮ ਦਾ ਅੰਮ੍ਰਿਤ ਹੈ, ਸ਼ਬਦ ਦਾ ਅੰਮ੍ਰਿਤ ਹੈ। ਜਿਨ੍ਹਾਂ ਨੂੰ ਇਹ ਅੰਮ੍ਰਿਤ ਮਿਲ ਗਿਆ ਉਹ ਕਦੀ ਆਤਮਿਕ ਮੌਤੇ ਨਹੀਂ ਮਰਦੇ ਹੁੰਦੇ, ਕਦੀ ਆਤਮਿਕ ਮੌਤੇ ਨਹੀਂ ਮਰਦੇ। ਮਹਾਰਾਜ ਤਾਂ ਹੀ ਤੇ ਸੱਚੇ ਪਾਤਸ਼ਾਹ ਜੀ ਆਖਦੇ ਆ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ। ਮਹਾਰਾਜ ਸੱਚੇ ਪਾਤਸ਼ਾਹ ਆਖਦੇ ਆ ਲੋਕ ਜੋ ਗੱਲ ਕਰਦੇ ਆ ਵੀ ਜਦੋਂ ਸਮੁੰਦਰ ਦਾ ਮੰਥਨ ਕੀਤਾ ਸੁਰ ਅਤੇ ਅਸੁਰਾਂ ਨੇ ਰਲ ਕੇ, ਸਮੁੰਦਰ ਦੇ ਮੰਥਨ ਚੋਂ ਕਈ ਰਤਨ ਨਿਕਲੇ ਨਾ, ਤੇ ਉਹ ਮੰਥਨ ਹੋਇਆ ਸੀ ਅੰਮ੍ਰਿਤ ਦੇ ਲਈ, ਵੀ ਅੰਮ੍ਰਿਤ ਦੇ ਲਈ ਦੇਵਤੇ ਵੀ ਪੀਣਾ ਚਾਹੁੰਦੇ ਸਨ, ਅਸੁਰ ਵੀ ਪੀਣਾ ਚਾਹੁੰਦੇ ਸਨ। ਅਸੁਰ ਤਾਂ ਪੀਣਾ ਚਾਹੁੰਦੇ ਸਨ ਵੀ ਅੰਮ੍ਰਿਤ ਪੀ ਲਵਾਂਗੇ ਫਿਰ ਸਾਨੂੰ ਕਿੰਨੇ ਮਾਰਨਾ, ਅਸੀਂ ਫਿਰ ਮਰ ਨਹੀਂ ਸਕਦੇ। ਮਹਾਰਾਜ ਆਖਦਿਆ ਵੀ ਕੋ ਉਹ ਅੰਮ੍ਰਿਤ ਸੀ ਜਿਹਦੇ ਪਿੱਛੇ ਲੜੇ ਦੇਵਤੇ ਆਪਸ ਵਿੱਚ ਦੂਜਿਆਂ ਦੇ ਨਾਲ, ਵੀ ਅਸੀਂ ਅੰਮ੍ਰਿਤ ਪੀ ਕੇ ਅਮਰ ਹੋ ਜਾਵਾਂਗੇ, ਸਾਨੂੰ ਕੌਣ ਮਾਰ ਸਕਦਾ। ਮਹਾਰਾਜ ਆਖਦਿਆ ਉਹਨਾਂ ਨੂੰ ਅੰਮ੍ਰਿਤ ਲੈਣ ਲਈ ਪਤਾ ਨਹੀਂ ਕਿੰਨੀ ਕੁ ਮੁਸ਼ਕਤ ਕਰਨੀ ਪਈ, ਕਿੰਨੀ ਕੁ ਘਾਲ ਘਾਲਣੀ ਪਈ। ਹਜ਼ੂਰ ਆਖਦਿਆ ਉਹ ਤੇਰੇ ਤੇ ਕਿੱਡਾ ਵੱਡਾ ਤਰਸ ਕੀਤਾ ਮਾਲਕ ਨੇ, ਜਿਸ ਅੰਮ੍ਰਿਤ ਨੂੰ ਲੈਣ ਲਈ ਉਹ ਆਪਸ ਵਿੱਚ ਉਲਝਦੇ ਰਹੇ ਲੜਦੇ ਰਹੇ, ਤੈਨੂੰ ਉਹੀ ਅੰਮ੍ਰਿਤ ਸੱਚੇ ਪਾਤਸ਼ਾਹ ਨੇ ਇੱਥੇ ਬਖਸ਼ ਦਿੱਤਾ ਹੈ, ਆਸਾਨੀ ਨਾਲ ਤੈਨੂੰ ਮਿਲ ਸਕਦਾ, ਪਰ ਤੂੰ ਫਿਰ ਵੀ ਨਹੀਂ ਲੈ ਰਿਹਾ। ਜਿਹਨੂੰ ਮਹਾਰਾਜ ਕਹਿੰਦੇ ਸੁਰ ਨਰ ਮੁਨ ਜਨ ਲੋਚ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਹੁਣ ਉਹ ਅੰਮ੍ਰਿਤ ਕਿਹੜਾ? ਉਹ ਆਹੀ ਅੰਮ੍ਰਿਤ ਹੈ ਜਿਹਨੂੰ ਅਸੀਂ ਆਖਿਆ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਓ ਭਾਈ। ਉਹ ਅੰਮ੍ਰਿਤ ਨਾਮ ਦਾ, ਕਿਉਂਕਿ ਸਾਨੂੰ ਸਤਿਗੁਰਾਂ ਨੇ ਇਹ ਨਹੀਂ ਆਖਿਆ, ਉਹਨਾਂ ਨੇ ਸਰੀਰਕ ਮੌਤ ਦੀ ਤੇ ਗੱਲ ਹੀ ਨਹੀਂ ਕੀਤੀ, ਮਹਾਰਾਜ ਬਿਲਕੁਲ ਨਹੀਂ ਕੀਤੀ। ਉਹਨਾਂ ਨੇ ਆਖਿਆ ਸਰੀਰ ਨੂੰ ਬਚਾਉਣ ਲਈ ਇੰਨੀ ਮੁਸ਼ਕਤ, ਦੇਵਤੇ ਲੜਦੇ ਵੀ ਸਾਨੂੰ ਉਮਰਾਂ ਜ਼ਿੰਦਗੀਆਂ ਮਿਲ ਜਾਣਗੀਆਂ। ਮਹਾਰਾਜ ਨੇ ਆਖਿਆ ਕੀ ਕਿਹੜੀ ਖੇਡ ਚ ਲੱਗੇ ਹੋਏ? ਹੁਣ ਜਿਹੜੇ ਸਿੱਧ ਸਨ ਉਮਰਾਂ ਲੰਬੀਆਂ ਕੀਤੀਆਂ ਉਹਨਾਂ ਕਈ ਕਈ ਸਾਲ, ਮਹਾਰਾਜ ਆਖਦੇ ਕੋਈ ਵੱਡੀ ਕਮਾਈ ਨਹੀਂ ਹੈ ਉਮਰਾਂ ਵਧਾ ਲੈਣੀਆਂ। ਸੰਸਾਰ ਦਾ ਬੰਦਾ ਉਮਰ ਵਧਾਉਣੀ ਚਾਹੁੰਦਾ, ਯਾਦ ਰੱਖਿਓ।
ਜਿਹੜਾ ਸੰਸਾਰ ਵਿੱਚ ਖਜਿਤ ਹੋਏਗਾ ਨਾ, ਜਿਹੜਾ ਸੰਸਾਰ ਦੇ ਭੋਗ ਭੋਗ ਕੇ ਇਹਨਾਂ ਵਿੱਚ ਮਸਤ ਹੋਇਆ ਹੋਏਗਾ, ਉਹ ਚਾਹੁੰਦਾ ਮੇਰੀ ਉਮਰ ਹੋਰ ਵਧੇ, ਮੈਂ ਹੋਰ ਸਾਲ ਜੀਵਾਂ। ਪਰ ਜਿਹੜਾ ਬੰਦਗੀ ਕਰਨ ਵਾਲਾ, ਜਿਹੜਾ ਨਾਮ ਜਪਣ ਵਾਲਾ, ਉਹ ਇਹੀ ਆਖਦਾ ਪਰਮਾਤਮਾ ਉਮਰ ਨਹੀਂ ਚਾਹੀਦੀ, ਜਿੰਨੇ ਤੂੰ ਸਵਾਸ ਦੇ ਕੇ ਭੇਜਿਆ ਓਨੀ ਬਹੁਤ ਆ, ਬਸ ਓਨੇ ਕੁ ਸਵਾਸ ਤੇਰਾ ਨਾਮ ਜਪ ਲਈਏ, ਨਾਮ ਜਪ ਕੇ ਦੁਨੀਆ ਤੋਂ ਬਾਜੀ ਜਿੱਤ ਕੇ ਚਲੇ ਜਾਈਏ, ਇਹ ਬਹੁਤ ਹੈ। ਉਹ ਲੰਮੀ ਉਮਰਾਂ ਨਹੀਂ ਮੰਗਦੇ, ਕਿਉਂਕਿ ਸਰੀਰਿਕ ਜੀਣਾ ਸਰੀਰਿਕ ਮਰਨਾ ਉਹਨਾਂ ਦੇ ਸਾਹਮਣੇ ਕੋਈ ਮੈਟਰ ਨਹੀਂ ਕਰਦਾ, ਉਹ ਆਤਮਿਕ ਜ਼ਿੰਦਗੀ ਜਿਉਣਾ ਚਾਹੁੰਦੇ ਆ, ਉਹ ਆਤਮਿਕ ਮੌਤੇ ਨਹੀਂ ਮਰਨਾ ਚਾਹੁੰਦੇ। ਜਿਹੜਾ ਨਾਮ ਦਾ ਅੰਮ੍ਰਿਤ ਹੈ, ਇਹ ਸਾਨੂੰ ਆਤਮਿਕ ਜ਼ਿੰਦਗੀ ਬਖਸ਼ਦਾ, ਤੇ ਆਤਮਿਕ ਜ਼ਿੰਦਗੀ ਹੀ ਅਸਲ ਜ਼ਿੰਦਗੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਿਹਾ, ਹਰ ਹਰ ਨਾਮ ਅਵਖਦ ਮੁਖ ਪਾਇਆ, ਗੁਰ ਸ਼ਬਦੀ ਰਸ ਅੰਮ੍ਰਿਤ ਪੀਵੇ। ਜਿਨ੍ਹਾਂ ਦੇ ਮੁਖ ਵਿੱਚ ਪਰਮਾਤਮਾ ਨੇ ਨਾਮ ਦਾ ਅਵਖਦ ਦੇ ਦਿੱਤਾ, ਇਹ ਅੰਮ੍ਰਿਤ ਦੇ ਦਿੱਤਾ, ਤੇ ਜਿਨ੍ਹਾਂ ਨੇ ਸ਼ਬਦ ਦਾ ਰਸ ਪੀ ਲਿਆ, ਮਹਾਰਾਜ ਆਖਦਿਆ ਸਮਝ ਲਓ ਉਹ ਆਤਮਿਕ ਜ਼ਿੰਦਗੀ ਜਿਉਣਾ ਸ਼ੁਰੂ ਕਰ ਦਿੰਦੇ ਆ। ਇਹਨਾਂ ਆਤਮਾ ਵੱਧਦੀ ਹੈ, ਇਹਨਾਂ ਆਤਮਾ ਪ੍ਰਫੁੱਲਿਤ ਹੁੰਦੀ ਹੈ ਇਸ ਅੰਮ੍ਰਿਤ ਦੇ ਨਾਲ। ਤੇ ਅੱਗੇ ਮਹਾਰਾਜ ਆਖਦਿਆ, ਭਾਈ ਇਹ ਰਹਾਉ ਦੀਆਂ ਤੁਕਾਂ ਸਨ। ਹਜ਼ੂਰ ਕਹਿਣ ਲੱਗੇ, ਕਾਚੀ ਮਟਕੀ ਬਿਨਸ ਬਿਨਾਸਾ, ਜਿਵੇਂ ਕੱਚਾ ਘੜਾ ਅਖੀਰ ਤੇ ਉਹਨੇ ਭਜਣਾ ਹੀ ਹੁੰਦਾ, ਉਹਨੇ ਟੁੱਟਣਾ ਹੀ ਹੈ ਨਾ ਜੀ। ਜੋ ਮਿੱਟੀ ਦਾ ਘੜਾ ਟੁੱਟੇਗਾ ਨਾ, ਕਿਸੇ ਵਕਤ ਵੀ ਭੰਨਿਆ ਜਾ ਸਕਦਾ। ਕਹਿ ਦਿੱਤਾ, ਸਰੀਰ ਵੀ ਬਿਲਕੁਲ ਮਿੱਟੀ ਦੇ ਘੜੇ ਵਰਗਾ, ਸਰੀਰ ਮਿੱਟੀ ਦੇ ਘੜੇ ਵਰਗਾ, ਕਿਸੇ ਵਕਤ ਥੋੜ੍ਹੀ ਜਿਹੀ ਠੋਕਰ ਲੱਗੀ ਨਾਲੋਂ ਨਾਲ ਟੁੱਟ ਜਾਣਾ। ਜਿਵੇਂ ਭਗਤ ਜੈ ਆਸਾ ਵਾਖਦਿਆ, ਕਹਾਂ ਵਿਸਾਸਾ ਇਸ ਭਾਂਡੇ ਕਾ, ਇਤਨਕ ਲਾਗੈ ਠਨਕਾ। ਕਹਿਣ ਲੱਗੇ ਥੋੜ੍ਹੀ ਜਿਹੀ ਠੋਕਰ ਲੱਗਣੀ ਇਹਨੂੰ, ਇਸ ਭਾਂਡੇ ਦਾ ਕੋਈ ਭਰੋਸਾ ਨਹੀਂ ਹੈ, ਇਹ ਕਦੋਂ ਥਿੜਕ ਜਾਏ ਕਦੋਂ ਟੁੱਟ ਜਾਏ। ਤੇ ਮਿੱਟੀ ਦਾ ਭਾਂਡਾ ਇੱਕ ਵਾਰ ਟੁੱਟ ਗਿਆ ਦੁਬਾਰਾ ਜੁੜਦਾ ਨਹੀਂ ਹੁੰਦਾ, ਯਾਦ ਰੱਖਿਓ। ਹੋਰ ਕੋਈ ਭਾਂਡਾ ਹੋਵੇ ਨਾ, ਉਹ ਤੇ ਫਿਰ ਵੀ ਕੰਮ ਚਲਾ ਲਿਆ ਜਾ ਸਕਦਾ, ਟਾਂਕਾ ਟੂੰਕਾ ਲਾ ਕੇ ਗਾਂਡਾ ਲਾ ਕੇ। ਮਿੱਟੀ ਦੇ ਭਾਂਡੇ 'ਚ ਅੱਜ ਤੱਕ ਕਿਸੇ ਨੇ ਗਾਂਡਾ ਲਾਇਆ? ਮਿੱਟੀ ਦੇ ਭਾਂਡੋ ਅੱਜ ਤੱਕ ਕਿਸੇ ਨੇ ਠੀਕਰਾਂ ਨੂੰ ਜੋੜਿਆ? ਨਹੀਂ ਜੋੜਿਆ ਅੱਜ ਤੱਕ। ਮਹਾਰਾਜ ਨੇ ਤਾਂ ਸਰੀਰ ਨੂੰ ਮਿੱਟੀ ਦਾ ਭਾਂਡਾ ਕਿਹਾ, ਇਹਨੂੰ ਸੋਨੇ ਦਾ ਭਾਂਡਾ ਕਿਉਂ ਨਹੀਂ ਕਹਿਤਾ? ਹੈ ਤੇ ਬੜਾ ਕੀਮਤੀ ਸਰੀਰ ਹੈ ਨਾ, ਜਿੱਥੇ ਮਹਾਰਾਜ ਕਹਿੰਦੇ 84 ਲੱਖ ਦਾ ਸਰਦਾਰ ਹੈ ਤੂੰ, ਕੀਮਤੀ ਹੈ ਤਾਂ ਹੀ ਕਿਹਾ। ਇਸ ਦੇਹੀ ਨੂੰ ਹਰੀ ਦਾ ਮੰਦਰ ਵੀ ਕਿਹਾ, ਪਰ ਇਸ ਸਰੀਰ ਨੂੰ ਜਦੋਂ ਭਾਂਡਾ ਕਿਹਾ ਉਦੋਂ ਸੋਨੇ ਦਾ ਨਹੀਂ ਕਿਹਾ, ਉਦੋਂ ਮਿੱਟੀ ਦਾ ਕਿਹਾ। ਭਾਂਡੇ ਤੇ ਸੋਨੇ ਦੇ ਹੁੰਦੇ ਆ, ਭਾਂਡੇ ਚਾਂਦੀ ਦੇ ਹੁੰਦੇ ਆ, ਪਰ ਮਹਾਰਾਜ ਨੇ ਉਹ ਨਹੀਂ ਨਾਮ ਲਏ ਦੇ ਨਹੀਂ। ਕਿਉਂ? ਕਿਉਂਕਿ ਉਹਨਾਂ ਨੇ ਸਮਝਾਇਆ ਸਾਨੂੰ ਵੀ ਸੋਨੇ ਦਾ ਭਾਂਡਾ ਟੁੱਟ ਜਾਏ, ਲੋਕੀ ਘਰਾਂ ਤੋਂ ਬਾਹਰ ਨਹੀਂ ਸੁੱਟਦੇ ਹੁੰਦੇ। ਸੋਨੇ ਦਾ ਭਾਂਡਾ ਟੁੱਟ ਜਾਏ ਬਾਹਰ ਨਹੀਂ ਸੁੱਟਦੇ, ਚਾਂਦੀ ਦਾ ਭਾਂਡਾ ਟੁੱਟ ਜਾਏ ਉਹ ਵੀ ਨਹੀਂ ਬਾਹਰ ਸੁੱਟਿਆ ਜਾਂਦਾ। ਮਿੱਟੀ ਦਾ ਭਾਂਡਾ ਟੁੱਟਦਾ, ਬਸ ਟੁੱਟਣ ਦੀ ਦੇਰ ਹੈ, ਨਾਲੋਂ ਨਾਲ ਠੀਕਰੀਆਂ ਇਕੱਠੀਆਂ ਕਰਕੇ ਬਾਹਰ ਸੁੱਟ ਦਿੱਤਾ ਜਾਂਦਾ। ਉਹ ਸਾਡੇ ਸਰੀਰ ਦੀ ਹਾਲਤ ਹੈ।
ਮਰਿਆਂ ਨੂੰ ਕਿਸੇ ਨੇ ਘਰਾਂ ਵਿੱਚ ਰੱਖਿਆ, ਸਵੇਰੇ ਮੌਤ ਹੁੰਦੀ ਹੈ ਤੇ ਦੁਪਹਿਰੇ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਨਾਲੋਂ ਨਾਲ। ਬੰਦਾ ਕਹਿੰਦਾ ਵੀ ਦੇਰੀ ਨਾ ਲਓ, ਸੰਸਕਾਰ ਤੇ ਕਰਨਾ ਹੀ ਹੈ, ਕਰਕੇ ਨਿਬੇੜੋ ਕੰਮ। ਮਹਾਰਾਜ ਆਖਦਿਆ ਇਸ ਕਰਕੇ ਤੈਨੂੰ ਕਿਹਾ ਮੈਂ, ਕਾਚੀ ਮਟਕੀ ਬਿਨਸ ਬਿਨਾਸਾ, ਤੇਰਾ ਸ਼੍ਰੀ ਮਿੱਟੀ ਦੀ ਮਟਕੀ ਦੀ ਤਰ੍ਹਾਂ ਇੱਕ ਪਲ ਵਿੱਚ ਇਹਦਾ ਨਾਸ਼ ਹੋ ਜਾਣਾ। ਜਿਸ ਛੂਟੈ ਤ੍ਰਿਕੁਟੀ ਤਿਸ ਨਿੱਜ ਘਰ ਵਾਸਾ, ਆਪਣੇ ਨਿੱਜ ਘਰ ਵਿੱਚ ਵਾਸ ਉਹੀ ਕਰਦਾ, ਆਤਮਿਕ ਆਨੰਦ ਨੂੰ ਉਹੀ ਮਾਣਦਾ। ਮਹਾਰਾਜ ਆਖਦਿਆ ਜਿਹਨੇ ਆਪਣੀ ਤ੍ਰਿਕੁਟੀ ਨੂੰ ਖੋਲ ਲਿਆ ਹੈ, ਇੱਥੇ ਚਾਹੇ ਤ੍ਰਿਕੁਟੀ ਦੀ ਗੱਲ ਕੀਤੀ ਹੈ, ਤ੍ਰਿਕੁਟੀ ਤੇ ਤਿੰਨ ਨਾੜਾਂ ਦੀ ਇਕੱਤਰਤਾ ਹੁੰਦੀ ਹੈ। ਇਹਨੂੰ ਜੋਗੀ ਮੰਨਦੇ ਸਨ, ਸਿੱਧ ਮੰਨਦੇ ਸਨ, ਜਿਹੜੇ ਤਪ ਤਪੇਸ਼ਵਰ ਕਰਿਆ ਕਰਦੇ ਸਨ। ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਮਤ ਵਿੱਚ ਤ੍ਰਿਕੁਟੀ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ, ਤ੍ਰਿਕੁਟੀ ਵਿੱਚ ਧਿਆਨ ਟਿਕਾਉਣ ਦੀ। ਮਹਾਰਾਜ ਨੇ ਤੇ ਸਿੱਧਾ ਆਖਿਆ ਤੂੰ ਨਾਮ ਜਪਣੇ ਬੰਦਗੀ ਕਰਨੀ ਹੈ, ਜਦੋਂ ਤੇਰਾ ਮਨ ਦੀ ਸਾਰੀ ਦੁਬਿਧਾ ਛੁੱਟ ਗਈ, ਜਦੋਂ ਸਾਰੀਆਂ ਦੁਬਿਧਾਵਾਂ ਛੁੱਟ ਗਈਆਂ, ਸਾਰੀਆਂ ਜਿੰਨੇ ਵੀ ਤੇਰੀ ਪਕੜ ਹੈ, ਜਦੋਂ ਸਾਰੀ ਪਕੜ ਹਰ ਤਰੀਕੇ ਨਾਲ ਛੁੱਟ ਗਈ ਸੰਸਾਰ ਨਾਲੋਂ, ਮਹਾਰਾਜ ਆਖਦੇ ਸਮਝ ਲੈ ਤੇਰੀ ਤ੍ਰਿਕੁਟੀ ਉਦੋਂ ਛੁੱਟ ਗਈ, ਸੰਸਾਰ ਨਾਲੋਂ ਪਕੜ ਛੁੱਟ ਜਾਣੀ, ਪਦਾਰਥਾਂ ਨਾਲੋਂ ਪਕੜ ਛੁੱਟ ਜਾਣੀ, ਇਹੀ ਤੇਰੀ ਤ੍ਰਿਕੁਟੀ ਦਾ ਛੁੱਟਣਾ ਹੈ। ਤੇ ਮਹਾਰਾਜ ਆਖਦੇ ਆਹੀ ਤੇਰਾ ਨਿੱਜ ਘਰ ਵਿੱਚ ਟਿਕਣਾ ਹੈ, ਆਹੀ ਨਿੱਜ ਘਰ ਵਿੱਚ ਟਿਕਣਾ। ਫਿਰ ਅੱਗੇ ਆਖਦੇ ਉੱਚਾ ਚੜ੍ਹੈ ਸੋ ਪਵੈ ਪਿਆਲਾ, ਜਿਹੜਾ ਇਨਸਾਨ ਜਿੰਨਾ ਹੰਕਾਰ ਵਿੱਚ ਖਜਿਤ ਹੋ ਕੇ ਆਪਣੇ ਆਪ ਨੂੰ ਉੱਚਾ ਚੁੱਕਦਾ ਵੀ ਮੇਰੇ ਵਰਗਾ ਉੱਚਾ ਕੌਣ ਹੈ, ਮਹਾਰਾਜ ਆਖਦੇ ਆ ਉਹ ਵਿਕਾਰਾਂ ਦੇ ਓਨੇ ਹੀ ਡੂੰਘੇ ਖੂਹ ਵਿੱਚ ਡਿੱਗਦਾ, ਓਨਾ ਹੀ ਡੂੰਘਾ ਡਿੱਗਦਾ ਬੰਦਾ ਉਹ, ਜਿੰਨਾ ਹਉਮੈ ਵਿੱਚ ਉੱਚਾ ਜਾਏਗਾ ਓਨਾ ਹੇਠਾਂ ਡਿੱਗੇਗਾ ਕਿ ਉਹਨੂੰ ਫਿਰ ਖੜਾ ਹੋਣਾ ਵੀ ਔਖਾ ਹੋ ਜਾਂਦਾ। ਉਹ ਖੂਹ ਵਿੱਚ ਐਸੇ ਵਿਕਾਰਾਂ ਦੇ ਡਿੱਗ ਜਾਂਦਾ, ਉਹਦੇ ਕੋਲ ਦੁਬਾਰਾ ਖੜਾ ਵੀ ਨਹੀਂ ਹੋਇਆ ਜਾਂਦਾ। ਉੱਚਾ ਚੜ੍ਹੇ ਸੋ ਪਵੈ ਪਿਆਲਾ, ਧਰਨ ਪੜੇ ਤਿਸ ਲਗੈ ਨਾ ਕਾਲਾ, ਮਹਾਰਾਜ ਆਖਦਿਆ ਪਰ ਜਿਹੜਾ ਬੰਦਾ ਧਰਤੀ ਤੇ ਰਹਿੰਦਾ ਹੈ ਨਾ, ਧਰਤੀ ਤੇ ਰਹੇਗਾ ਜੋ ਡਿੱਗ ਵੀ ਜਾਂਦੇ ਤੇ ਆਸਾਨੀ ਨਾਲ ਉੱਠ ਸਕਦਾ, ਕਿਉਂਕਿ ਧਰਤੀ ਤੇ ਆ, ਉੱਚੀ ਥਾਂ ਤੇ ਨਹੀਂ ਆ। ਉੱਚੀ ਥਾਂ ਤੋਂ ਨੀਵੀਂ ਥਾਂ ਤੇ ਡਿੱਗਾਂਗੇ ਕਈ ਵਾਰ ਉੱਠਣ ਦੇ ਚਾਂਸ ਹੀ ਨਹੀਂ ਰਹਿੰਦੇ ਬੰਦੇ ਦੇ, ਪਰ ਜਦੋਂ ਬੰਦਾ ਤੁਰਦਾ ਤੁਰਦਾ ਵੈਸੇ ਡਿੱਗ ਜਾਂਦਾ ਉਹ ਉੱਠ ਸਕਦਾ, ਉਹ ਉੱਠ ਸਕਦਾ, ਆਪਣੇ ਆਪ ਨੂੰ ਸੰਭਾਲ ਸਕਦਾ। ਮਹਾਰਾਜ ਆਖਦੇ ਭਾਵ ਜਿਹੜੇ ਨਿਮਰਤਾ ਵਿੱਚ ਤੁਰਦੇ ਆ, ਜਿਹੜੇ ਧਰਤੀ ਤੋਂ ਆਪਣੇ ਪੈਰ ਨਹੀਂ ਛੱਡਦੇ, ਧਰਤੀ ਤੇ ਰਹਿੰਦੇ ਆ, ਉਹ ਨਿਮਰਤਾ ਵਿੱਚ ਤੁਰਦੇ ਆ, ਤੇ ਮਹਾਰਾਜ ਆਖਦਿਆ ਉਹਨਾਂ ਨੂੰ ਕੋਈ ਮੌਤ ਦਾ ਭੈ ਨਹੀਂ ਰਹਿੰਦਾ, ਉਹਨਾਂ ਨੂੰ ਮੌਤ ਦਾ ਕੋਈ ਡਰ ਨਹੀਂ ਹੁੰਦਾ ਸਰੀਰਕ ਮੌਤ ਦਾ। ਮਹਾਰਾਜ ਆਖਦਿਆ ਧਰਨ ਪੜੇ ਤਿਸ ਲਗੈ ਨਾ ਕਾਲਾ, ਭ੍ਰਮਤ ਫਿਰੇ ਤਿੰਨ ਕਿਸ਼ੂ ਨਾ ਪਾਇਆ, ਸੇ ਅਸਥਿਰ ਜਿਨ ਗੁਰ ਸ਼ਬਦ ਕਮਾਇਆ। ਮਹਾਰਾਜ ਆਖਦਿਆ ਭਾਈ ਸੰਸਾਰ ਵਿੱਚ ਨਾਮ ਨੂੰ ਛੱਡ ਕੇ ਜਿੰਨਾ ਮਰਜ਼ੀ ਤੁਸੀਂ ਭਟਕ ਲਓ, ਜਿੱਥੇ ਮਰਜ਼ੀ ਜਾ ਆਓ,
ਜਿੱਥੇ ਮਰਜ਼ੀ ਖੋਜ ਕਰ ਲਓ, ਜੰਗਲਾਂ ਵੀ ਚਲੇ ਜਾਓ, ਪਹਾੜਾਂ ਵੀ ਚਲੇ ਜਾਓ, ਜਿੰਨਾ ਵੀ ਘੁੰਮਣਾ ਤੁਸੀਂ ਜਿੱਥੇ ਮਰਜ਼ੀ ਘੁੰਮ ਲਵੋ। ਪਰ ਮਹਾਰਾਜ ਆਖਦੇ ਆ, ਜੇ ਤੁਸੀਂ ਸੋਚੋ ਤੁਹਾਨੂੰ ਕੋਈ ਐਸੀ ਚੀਜ਼ ਮਿਲ ਜਾਏ ਜਿਹਦੇ ਨਾਲ ਤੁਸੀਂ ਨਿਸ਼ਚਲ ਅਵਸਥਾ ਨੂੰ ਪਾ ਲਵੋ, ਉਹ ਸ਼ਬਦ ਤੋਂ ਬਗੈਰ ਨਹੀਂ ਹੋਣੀ, ਤੁਹਾਨੂੰ ਸ਼ਬਦ ਕਮਾਉਣਾ ਹੀ ਪੈਣਾ। ਜੇ ਤੁਸੀਂ ਆਪਣੇ ਅੰਦਰ ਨੂੰ ਟਿਕਾਉਣਾ ਚਾਹੁੰਦੇ ਹੋ, ਜੇ ਆਤਮਿਕ ਅਵਸਥਾ ਦੀ ਅਡੋਲਤਾ ਚਾਹੁੰਦੇ ਹੋ, ਤੇ ਉਹ ਸ਼ਬਦ ਕਮਾ ਕੇ ਹੀ ਹੋਏਗੀ। ਉਂਝ ਜੇ ਬੰਦਾ ਚਾਹੁੰਦਾ, ਖੋਜ ਬਹੁਤ ਕਰਦਾ ਵੀ ਕਿਤੇ ਐਸੀ ਥਾਂ ਮਿਲ ਜਾਏ, ਕੋਈ ਸੰਤ, ਕੋਈ ਐਸਾ ਫਕੀਰ ਮਿਲ ਜਾਏ ਜੋ ਮੇਰੇ ਮਨ ਨੂੰ ਟਿਕਾ ਦੇਵੇ। ਮਹਾਰਾਜ ਆਖਦਿਆ, ਭਾਈ ਮਨ ਨੇ ਟਿਕਣਾ ਨਾਮ ਨਾਲ ਹੀ ਹੈ, ਇਵੇਂ ਭਟਕਣਾ, ਆਪਣਾ ਸਮਾਂ ਬਰਬਾਦ ਨਾ ਕਰ, ਕਿਉਂਕਿ ਸੇ ਅਸਥਿਰ ਜਿਨ ਗੁਰ ਸ਼ਬਦ ਕਮਾਇਆ, ਉਹ ਅਸਥਿਰ ਨੇ ਜਿਨ੍ਹਾਂ ਨੇ ਮਾਲਕ ਦਾ ਸ਼ਬਦ ਕਮਾਉਣਾ ਕੀਤਾ। ਫਿਰ ਅਖੀਰ ਵਿੱਚ ਮਹਾਰਾਜ ਆਖਦਿਆ, ਭਾਈ ਇਹ ਆਖਿਆ ਕਰ, ਜੀਉ ਪਿੰਡ ਸਭ ਹਰ ਕਾ ਮਾਲ। ਇਹ ਜੀਉ ਜਿੰਦ ਪਿੰਡ ਤੋਂ ਭਾਵ ਸਰੀਰ, ਇਹ ਸਰੀਰ ਵੀ ਰੱਬ ਦਾ ਦਿੱਤਾ ਤੇ ਜਿੰਦ ਵੀ ਰੱਬ ਦੀ ਦਿੱਤੀ ਹੈ। ਮੇਰਾ ਇਹਦੇ ਚ ਕੁਝ ਨਹੀਂ, ਨਾ ਮੇਰਾ ਸਰੀਰ ਹੈ ਨਾ ਮੇਰੀ ਜਿੰਦ ਹੈ, ਇਹ ਦੋਵੇਂ ਚੀਜ਼ਾਂ ਰੱਬ ਦੀਆਂ ਨੇ। ਮਹਾਰਾਜ ਇੱਕ ਅਸੀਂ ਬਚਨ ਵੀ ਪੜ੍ਹਦੇ ਹਾਂ ਨਾ, ਹਜਿੱਥੇ ਮਹਾਰਾਜ ਕਹਿੰਦੇ ਆ, ਸੱਚੇ ਪਾਤਸ਼ਾਹ ਜੋ ਤੂੰ ਸਰੀਰ ਵਿੱਚ ਜਿੰਦ ਟਿਕਾ ਕੇ ਸਾਨੂੰ ਭੇਜੀ ਹੈ ਨਾ, ਇਹ ਸਭ ਕੁਝ ਤੇਰਾ। ਇਹੀ ਤੇ ਜਿੱਥੋਂ ਸ਼ੁਰੂਆਤ ਹੋਈ ਸੀ ਵੀ ਜੀਵਤ ਮੋਏ ਮੋਏ ਸੋ ਜੀਵੇ, ਜਿਨ੍ਹਾਂ ਨੇ ਅੰਦਰ ਨੂੰ ਮਾਰਿਆ ਉਹ ਇਹੀ ਕਹਿੰਦੇ ਆ, ਸਰੀਰ ਵੀ ਸਾਡਾ ਨਹੀਂ ਹੈ, ਜਿੰਦ ਵੀ ਸਾਡੀ ਨਹੀਂ ਹੈ, ਕਿਉਂਕਿ ਅੰਦਰ ਨੂੰ ਖਤਮ ਕਰੀ ਬੈਠੇ ਆਓ, ਮੈਨੂੰ ਮਾਰੀ ਬੈਠੇ ਆਓ। ਤੇ ਉਹਨਾਂ ਦੇ ਅੰਦਰ ਸ਼ਬਦ ਨਿਕਲਣਗੇ, ਜੀਉ ਪਿੰਡ ਸਭ ਹਰ ਕਾ ਮਾਲ, ਇਹ ਸਭ ਕੁਝ ਦਿੱਤੀਆਂ ਦਾਤਾਂ ਰੱਬ ਦੀਆਂ ਨੇ। ਤੇ ਉਹ ਆਖਦੇ ਆ, ਅਸੀਂ ਰੱਬ ਦੇ ਨਾਮ ਨੂੰ ਜਪ ਕੇ ਹੀ ਇਹਨਾਂ ਚੀਜ਼ਾਂ ਨੂੰ ਸੰਪੂਰਨ ਕਰਨਾ, ਇਹਨਾਂ ਨੂੰ ਸਫਲ ਬਣਾਉਣਾ ਹੈ। ਮਹਾਰਾਜ ਨੇ ਬਚਨ ਕੀਤਾ, ਜੀਉ ਪਿੰਡ ਸਭ ਹਰ ਕਾ ਮਾਲ, ਨਾਨਕ ਗੁਰ ਮਿਲ ਭਏ ਨਿਹਾਲ। ਉਹ ਤਨ ਅਤੇ ਮਨ ਗੁਰੂ ਸਾਹਿਬ ਨੂੰ ਸੌਂਪ ਕੇ ਉਹ ਆਖਦਿਆ, ਮਾਲਕਾ ਤੇਰਾ ਨਾਮ ਜਪ ਜਪ ਕੇ ਅਸੀਂ ਹੁਣ ਨਿਹਾਲ ਹੋ ਗਏ, ਸਾਨੂੰ ਹੁਣ ਕਿਸੇ ਚੀਜ਼ ਦੀ ਕੋਈ ਜ਼ਰੂਰਤ ਨਹੀਂ ਹੈ ਇਸ ਸੰਸਾਰ ਅੰਦਰ, ਕਿਉਂਕਿ ਜੋ ਸਾਡਾ ਮਕਸਦ ਸੀ ਇਸ ਸਰੀਰ ਵਿੱਚ ਰਹਿ ਕੇ ਇਸ ਜਿੰਦ ਨੂੰ ਤੇਰੇ ਨਾਲ ਅਭੇਦ ਕਰਨਾ, ਉਹ ਅਸੀਂ ਕਰ ਬੈਠੇ। ਮਕਸਦ ਇਹੀ ਹੈ ਨਾ, ਸਰੀਰ ਇਸੇ ਕਰਕੇ ਮਿਲਿਆ ਸੀ ਵੀ ਜਿਹੜੀ ਇਸ ਸਰੀਰ ਵਿੱਚ ਰੱਬ ਨੇ ਆਤਮਾ ਟਿਕਾਈ, ਜਿੰਦ ਟਿਕਾਈ, ਅਸੀਂ ਉਸ ਜਿੰਦ ਨੂੰ ਰੱਬ ਨਾਲ ਮਿਲਾਉਣਾ ਸੀ, ਆਤਮਾ ਨੂੰ ਪਰਮਾਤਮਾ ਵਿੱਚ ਅਭੇਦ ਕਰਨਾ ਸੀ। ਮਹਾਰਾਜ ਆਖਦੇ ਆ, ਜਦੋਂ ਉਹ ਆਤਮਾ ਰੱਬ ਨੂੰ ਮਿਲ ਜਾਂਦੀ ਹੈ ਤੇ ਸਤਿਗੁਰੂ ਜੀ ਆਖਦੇ, ਫਿਰ ਆਤਮਾ ਸਰੀਰ ਦੋਵੇਂ ਨਿਹਾਲ ਹੋ ਜਾਂਦੇ ਆ, ਨਾਨਕ ਗੁਰਮਿਲ ਭਏ ਨਿਹਾਲ। ਇਸ ਕਰਕੇ ਅੱਜ ਇਸ ਪਾਵਨ ਸ਼ਬਦ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹੀ ਸਾਡੇ 'ਤੇ ਕਿਰਪਾ ਕੀਤੀ ਹੈ, ਇਹੀ ਸਮਝਾਉਣਾ ਕੀਤਾ ਕਿ ਸੰਸਾਰ ਵਿੱਚ ਜੋ ਸਰੀਰ ਹੈ
ਇਹ ਸਦੀ ਵੀ ਨਹੀਂ ਹੈ, ਅੱਜ ਹੈ ਕੱਲ ਚਲਾ ਜਾਏਗਾ, ਪਰ ਜਿਹੜੀ ਆਤਮਾ ਹੈ ਉਹ ਸਦੀ ਵੀ ਹੈ। ਇਸ ਲਈ ਤੂੰ ਸਰੀਰਕ ਮੌਤ 'ਤੇ ਜ਼ਿਆਦਾ ਧਿਆਨ ਨਾ ਦੇ ਕੇ ਆਤਮਿਕ ਜ਼ਿੰਦਗੀ 'ਤੇ ਧਿਆਨ ਦੇ। ਤੂੰ ਕਿੰਨਾ ਕੁ ਆਪਣੀ ਆਤਮਾ ਨੂੰ ਰੱਬ ਨਾਲ ਜੋੜਦਾ ਪਿਆ, ਕਿੰਨਾ ਕੁ ਤੂੰ ਜਪ ਤਪ ਕਰਦਾ, ਕਿੰਨੀ ਕੁ ਤੂੰ ਬੰਦਗੀ ਕਰਦਾ। ਇਸ ਲਈ ਸਤਸੰਗਤ ਜਿੰਨਾ ਹੁੰਦਾ, ਜਪ ਤਪ ਨਾਮ ਸਿਮਰਨ ਜਿੰਨਾ ਹੁੰਦਾ, ਬਾਣੀ ਪੜ੍ਹਿਆ ਕਰੀਏ, ਇਹਨਾਂ ਦਾਤਾਂ ਦੇ ਨਾਲ ਹੀ ਸਾਡਾ ਜੀਵਨ ਸੁਰਖਰੂ ਹੋਣਾ ਅਤੇ ਸਭ ਕੁਝ ਕਰਨਾ ਗੁਰੂ ਸਾਹਿਬ ਜੀ ਨੇ ਆ, ਉਹਨਾਂ ਦੀ ਕਿਰਪਾ ਦੇ ਨਾਲ ਹੀ ਹੋਣਾ। ਆਓ ਥੋੜ੍ਹਾ ਜਿਹਾ ਸਮਾਂ ਆਪਾਂ ਜੁੜਨਾ ਜੀ, ਕਿਰਪਾ ਸਾਰੇ ਕਰੇ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।